ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜੱਟ ਮੇਰੀ ਕੌਮ ਹੈਗੀ, ਸਿੱਖ ਮੇਰਾ ਪੰਥ ਹੈਗਾ। ਪੰਥ ਹੁੰਦਾ ਮਨ ਦਾ, ਕੌਮ ਹੁੰਦੀ ਜਿਸਮ ਦੀ। ਜੱਟ ਪੈਦਾ ਹੋਇਆ, ਜੱਟ ਮਰੇਗਾ। ਯਾਨੀ ਕਿ 1984 'ਚ ਇੱਕ ਵੀ ਸਿੱਖ ਨਹੀਂ ਮਰਿਆ, ਕਿਉਂ ਸਿੱਖ ਹੈਗਾ ਨਾਦੀ ਰੂਪ, ਬੋਲਣ ਤੋਂ ਪਤਾ ਲੱਗਦਾ ਕਿ ਕੀ ਸਿੱਖਿਆ ਹੈਗਾ। ਦਾੜੀ ਮੁੱਛ ਜਾਂ ਪਗੜੀ ਨਾਲ ਨਹੀਂ ਪਤਾ ਹੁੰਦਾ ਸਿੱਖ ਬੰਦਾ ਆਦਮੀ। ਤੇ ਪਖੰਡੀ ਗਈ ਹੈਗੇ ਨੇ, ਪੋਚਵੀਂ ਦਾੜੀ ਪੋਚਵੀਂ ਕਰ ਲੈਂਦੇ, ਪੱਗ ਬੰਨ ਲੈਂਦੇ ਨੇ, ਭੇਸ ਪਾ ਲੈਂਦੇ ਨੇ, ਤੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਸਿੱਖ ਹੈਗੇ ਹਾਂ ਜੀ। ਸਿੱਖਿਆ ਕੁਛ ਵੀ ਨਹੀਂ ਹੁੰਦਾ, ਠੱਗ ਹੈਗੇ ਨੇ। ਇੱਕ ਹੁੰਦੇ ਸੀ ਬਨਾਰਸ ਦੇ ਠੱਗ, ਇਹ ਹੈਗੇ ਅੰਮ੍ਰਿਤਸਰੀ ਠੱਗ, ਸਾਰਿਆਂ ਦੇ ਉਸਤਾਦ। ਇਹਨਾਂ ਤੋਂ ਵੱਡਾ ਕੋਈ ਠੱਗ ਨਹੀਂ ਹੈਗਾ। ਤੇ ਹੁਣ ਮੈਂ ਅੱਜ ਕਰਨ ਲੱਗਾ ਸਤਿਗੁਰੂ ਅਮਰਦੇਵ ਜੀ ਦੇ ਸਲੋਕਾਂ ਦੀ ਵਿਆਖਿਆ। ਪੇਜ ਹੈਗਾ 841, ਤੇ ਪਹਿਲਾ ਕੀਤਾ ਹੈਗਾ ਇੰਟਰੋਡਕਸ਼ਨ ਦਿੱਤੀ ਜਿਹੜੀ ਮੈਂ, ਤੇ ਇਹ ਦੂਜਾ ਹੈਗਾ ਵੀ ਉਹਨਾਂ ਨੇ ਹਰ ਇੱਕ ਦਿਨ ਦਾ ਹੈਗਾ, ਸੋਮਵਾਰ ਮੰਗਲਵਾਰ ਕੀ ਕਰਨਾ ਹੈਗਾ ਨਾ, ਇਹਨਾਂ ਦਿਨਾਂ ਦੇ 'ਚ ਦੱਸਿਆ ਵੀ ਕਿੱਦਾਂ ਇਹ ਕਰੀ ਦੀ ਸ਼ੁਰੂ। ਸੋਮਵਾਰ ਸੱਚ ਰਿਹਾ ਸਮਾਏ, ਪਹਿਲੀ ਗੱਲ ਹੈ ਜਦੋਂ ਤੁਸੀਂ ਅਕਾਲ ਪੁਰਖ ਦੇ ਨਾਲ ਉਹਦਾ ਨਾਮ ਲੈਣਾ ਨਾ, ਤੁਸੀਂ ਸੱਚੇ ਹੋਣਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ। ਅਤੇ ਜੇ ਤੁਸੀਂ ਝੂਠ ਬੋਲਦੇ ਆ ਨਾ, ਫਿਰ ਤਾਂ ਨਾਮ ਨਹੀਂ ਅੰਦਰ ਦਿਲ ਦੇ ਉੱਥੇ ਟਿਕਦਾ, ਝੂਠਾ ਹੁੰਦਾ ਸ਼ੈਤਾਨ। ਇਹ ਨਾਮ ਅਕਾਲ ਪੁਰਖ ਦਾ ਸ਼ੈਤਾਨ ਲਈ ਨਹੀਂ ਹੈਗਾ, ਇਹ ਹੈਗਾ ਜਿਹੜਾ ਦਿਲ ਸਾਫ਼ ਹੈਗਾ ਜਿਹਦਾ। ਇਸ ਕਰਕੇ ਪਹਿਲੀ ਸ਼ਰਤ ਜਿਹੜੀ ਹੈਗੀ, ਉਸ ਆਦਮੀ ਸੱਚਾ ਹੋਵੇ। ਅਤੇ ਇਹ ਜਿਹੜਾ ਸੱਚ ਦਾ ਉਪਦੇਸ਼ ਦਿੱਤਾ ਸੀ ਨਾ, ਇਹ ਸਤਿਗੁਰੂ ਅੰਗਦ ਦੇਵ ਜੀ ਨੇ ਦਿੱਤਾ ਸੀਗਾ। ਯਾਨੀ ਕਿ ਜਿੰਨਾ ਚਿਰ ਤੁਸੀਂ ਸਤਿਗੁਰੂ ਅੰਗਦ ਦੇਵ ਜੀ ਦੇ ਸਿੱਖ ਨਹੀਂ ਨਾ ਬਣਦੇ, ਇਹ ਹੈਗਾ ਸਿੱਖੀ ਦਾ ਧੁਰਾ, ਉਹਨਾਂ ਚਿਰ ਤੁਸੀਂ ਫਿਰ ਹੋਰ ਕੁਛ ਨਹੀਂ ਸਿੱਖ ਸਕਦੇ। ਸਤਿਗੁਰੂ ਅਮਰਦੇਵ ਜੀ ਤੁਹਾਨੂੰ ਨਹੀਂ ਸਿਖਾ ਸਕਦੇ ਕੁਛ ਵੀ। ਅਤੇ ਸੱਚ ਜਿਹੜਾ ਹੈਗਾ, ਇਹ ਜਦੋਂ ਪਹਿਲਾ ਜਿਹੜਾ ਸੀ ਨਾ ਸਤਿਗੁਰੂ ਦੁਨੀਆਂ 'ਚ ਆਇਆ, ਉਹ ਜੀਜ਼ਸ ਸੀਗਾ। ਕ੍ਰਾਈਸਟ ਨੂੰ ਸਤਿਗੁਰੂ ਕਹੀਦਾ ਹੈਗਾ। ਅਤੇ ਉਹਦਾ ਜਦੋਂ ਪਹਿਲਾ ਚਰਚ ਬਣਿਆ ਸੀ, ਚਰਚ ਆਫ ਗੋਡ, ਉਦੋਂ ਲੋਕਾਂ ਨੇ ਮਾਇਆ ਤੋਂ ਰਹਿਤ ਹੋਣ ਲਈ ਨਾ ਆਪਣੇ ਕਾਰੋਬਾਰ ਦੇ ਸਾਰੀਆਂ ਚੀਜ਼ਾਂ ਵੇਚ ਕੇ ਨਾ, ਸਾਰਾ ਕਾਰੋਬਾਰ ਐਨ ਵੇਚ ਕੇ ਤਾਂ ਉੱਥੇ ਲੈ ਆਉਂਦੇ ਸੀ, ਚਰਚ 'ਚ ਲੈ ਆਉਂਦੇ ਸੀਗੇ ਚੀਜ਼ਾਂ ਇਕੱਠੀਆਂ ਕਮਿਊਨਲ। ਅਤੇ ਜਿਹੜਾ ਵਾਧੂ ਹੁੰਦਾ ਸੀਗਾ ਪੈਸਾ ਬਣਿਆ ਜਾਂ ਹੋਰ, ਉਹ ਗਰੀਬਾਂ 'ਚ ਵੰਡ ਦਿੱਤਾ ਸੀਗਾ। ਜਿੱਦਾਂ ਇੱਕ ਅਮੀਰ ਆਦਮੀ ਆਇਆ ਸੀ ਜੀਸਸ ਕੋਲ, ਅਤੇ ਉਹ ਜੀਉ ਸੀਗਾ ਯੰਗ, ਉਹ ਕਹਿੰਦਾ ਮੈਂ ਵੀ ਸਾਰਾ ਕੁਛ ਕਰਦਾ, ਉੱਥੇ ਇਬਾਦਤ ਵੀ ਕਰਦਾ, ਸਭ ਕੁਛ ਕਰਦਾ, ਅਤੇ ਫਾਸਟਿੰਗ ਵੀ ਕਰਦਾ, ਭੁੱਖਾ ਵੀ ਰਹਿੰਦਾ, ਸਭ ਕੁਛ ਕਰਦਾ, ਅਤੇ ਮੈਂ ਪਰਫੈਕਟ ਕਿੱਦਾਂ ਹੋਵੇਗਾ। ਉਹ ਜੀਸਸ ਕਹਿੰਦਾ ਦੇਖ, ਤੂੰ ਅੱਜ ਜਦੋਂ ਅਮੀਰ ਬਣਿਆ, ਇਹ ਕਿੱਥੋਂ ਬਣਿਆ ਅਮੀਰ? ਗਰੀਬਾਂ ਨੂੰ ਲੁੱਟ ਕੇ ਬਣਿਆ ਨਾ, ਆਹ ਜਿਹੜਾ ਮਾਲ ਹੈਗਾ ਗਰੀਬਾਂ ਨੂੰ ਦੇ ਦੇ ਤਾਂ ਤੂੰ ਪਰਫੈਕਟ ਹੈਗਾ। ਪਰ ਉਹਨੂੰ ਮਾਲ ਨਾਲ ਜ਼ਿਆਦਾ ਸੀਗੀ ਮੁਹੱਬਤ, ਅਤੇ ਉਹ ਕਹਿ ਲੰਬਾ ਸਾਰਾ ਮੂੰਹ ਕਰਕੇ ਤਾਂ ਚਲਾ ਗਿਆ ਵੀ ਇਹ ਤਾਂ ਬਹੁਤ ਔਖਾ ਹੈਗਾ ਕੰਮ। ਇਸ ਕਰਕੇ ਜਿਨ ਕਿਸੇ ਨੇ ਅਕਾਲ ਪੁਰਖ ਦੀ ਮਾਇਆ ਨੂੰ ਪੈਣਾ ਹੈਗਾ, ਉਹ ਅਕਾਲ ਪੁਰਖ ਤੋਂ ਮਿਲਣੀ ਹੈਗੀ, ਉਹਨੂੰ ਮਿਲਦੀ ਹੈਗੀ ਜਿਹੜਾ ਸੱਚਾ ਹੈਗਾ ਆਦਮੀ, ਕਿਸੇ ਨੂੰ ਲੁੱਟਦਾ ਨਹੀਂ ਹੈਗਾ।
ਤੇ ਇਹ ਉਹ ਜਦੋਂ ਦੋ ਆਦਮੀ ਆਏ ਉਹਦੇ ਪੀਟਰ ਦੇ ਕੋਲ, ਉਹ ਸੀਗਾ ਉੱਥੇ ਦਾ ਗੇਟ ਕੀਪਰ ਚਰਚ ਆਫ ਗੋਡ ਦਾ, ਅਤੇ ਜਦੋਂ ਪੀਟਰ ਕੋਲ ਆਏ ਤਾਂ ਉਹਨਾਂ ਨੇ ਵੇਚੀ ਸੀ ਆਪਣੀ ਜ਼ਮੀਨ, ਉਹਨਾਂ ਨੇ ਆਪਸ ਵਿੱਚ ਸਲਾਹ ਕਰਨਾ, ਤੀਵੀਂ ਆਦਮੀ ਨੇ ਅੱਧੇ ਪੈਸੇ ਰੱਖ ਲੈ ਅਤੇ ਅੱਧੇ ਲਿਆ ਕੇ ਦੇ ਦਿੱਤੇ ਪੀਟਰ ਨੂੰ, ਲਓ ਜੀ ਆਹ ਤਾਂ ਸਾਡੀ ਹੈਗੀ ਜਿਹੜਾ ਅਸੀਂ ਵੇਚਿਆ ਹੈਗਾ ਨਾ, ਇਹ ਸਾਰਾ ਮਾਲ ਇਹੋ ਹੀ ਹੈਗਾ। ਅਤੇ ਪੀਟਰ ਕਹਿੰਦਾ ਇਹ ਤਾਂ ਠੀਕ ਹੈਗਾ, ਇਹ ਪਹਿਲਾਂ ਦੱਸੋ ਵੀ ਤੁਸੀਂ ਇਸ ਆਏ ਹਾਂ ਜੁਆਇਨ ਕਰਨ ਇੱਥੇ ਚਰਚ ਨੂੰ, ਤੁਹਾਨੂੰ ਕਿਹਾ ਤਾਂ ਨਹੀਂ ਗਾ ਕਿਸੇ ਨੇ ਵੀ ਆਓ, ਆਪਣੇ ਆਪ ਹੀ ਆਏ ਨਾ ਆਪਣੀ ਮਰਜ਼ੀ ਨਾਲ, ਅਤੇ ਤੁਸੀਂ ਫਿਰ ਝੂਠ ਬੋਲਣ ਦੀ ਕੀ ਲੋੜ ਹੈ, ਜਿਹੜਾ ਅੱਧਾ ਮਾਲ ਰੱਖਿਆ ਉਹ ਕਿੱਥੇ ਹੈਗਾ, ਅੱਧਾ ਮੈਨੂੰ ਫੜਾਉਣ ਡੇ ਆ ਤੁਸੀਂ। ਉਹ ਸੀਗੇ ਨਾ ਉਹਦੇ ਕੋਲ ਸੁਰਤੀ ਅਕਾਲ ਪੁਰਖ ਦੀ, ਉਸ ਦਿਲ ਦੀ ਇਹ ਚੀਜ਼ ਲੱਭ ਲੈਂਦਾ ਸੀਗਾ। ਅਤੇ ਜਦੋਂ ਇਹ ਕਿਹਾ ਨਾ ਉਹ ਝੂਠੇ ਸੀਗੇ, ਅਤੇ ਉਹਨਾਂ ਨੂੰ ਉੱਥੇ ਹੀ ਮਾਰ ਦਿੱਤਾ ਉਹਨੇ, ਦੋਨਾਂ ਨੂੰ ਦਮਨਾ ਦਿੱਤਾ। ਇਹਨੂੰ ਕਹਿੰਦੇ ਕੀ ਟੂ ਦੀ ਕਿੰਗਡਮ ਆਫ ਹੈਵਨ, ਹੈਵਨ ਇੱਥੇ ਹੀ ਹੈਗਾ, ਲੋਕ ਸੱਚੇ ਰਹਿਣ ਗਲੀ 'ਚ ਤੁਹਾਨੂੰ ਸੁੱਖ ਹੈਗਾ, ਜੇ ਉਸੇ ਗਲੀ 'ਚ ਹੋਣ ਪਖੰਡੀ ਦੇ ਲੁੱਟਣ ਵਾਲੇ ਉਹ ਤੁਹਾਡੀ ਫਿਰ ਚਮੜੀ ਲਾਹ ਕੇ ਲੈ ਜਾਂਦੇ ਨੇ, ਯਾਨੀ ਕਿ ਲੁੱਟ ਲੁੱਟ ਪੁੱਟ। ਇਸ ਕਰਕੇ ਪਹਿਲਾਂ ਸੱਚਾ ਹੋਣਾ ਚਾਹੀਦਾ, ਸੱਚਾ ਜਿਹੜਾ ਇਹ ਨੀਂਹ ਹੈਗੀ, ਬਿਲਡਿੰਗ ਦੀ ਚਰਚ ਆਫ ਗੋਡ ਔਨ ਰੌਕ, ਰੌਕ 'ਤੇ ਬਣੇਗੀ ਨਾ, ਇਹਨੂੰ ਕੋਈ ਬਣਾਇਆ ਜਾਏ ਘਰ ਪੱਥਰ 'ਤੇ ਨੀਂਹ ਹੋਵੇ ਨਾ, ਉਹਨੂੰ ਕੋਈ ਪਾਣੀ ਆਵੇ ਸਭ ਕੁਛ ਆਵੇ, ਉਹਨੂੰ ਕੁਛ ਨਹੀਂ ਉਹਨੂੰ ਵਿਗਾੜਦੇ। ਜੇ ਰੇਤੇ 'ਤੇ ਹੋ ਕੇ ਨਾ, ਰੇਤਾ ਹੁੰਦਾ ਝੂਠ, ਜੇ ਰੇਤੇ 'ਤੇ ਬਣਾਇਆ ਮਕਾਨ ਉਹ ਜਦੋਂ ਆਇਆ ਪਾਣੀ ਉਹ ਰੋੜ ਕੇ ਲੈ ਜਾਂਦਾ ਨਾਲ, ਇੱਦਾਂ ਹੀ ਉਹ ਰੋੜ ਕੇ ਲੈ ਗਿਆ ਪਾਣੀ, ਉਹਨਾਂ ਦੋਨਾਂ ਨੂੰ ਮਾਰ ਦਿੱਤਾ, ਦਫਨਾ ਦਿੱਤਾ। ਅਤੇ ਇਸ ਕਰਕੇ ਫਿਰ ਪੀਟਰ ਤੋਂ ਡਰਦੇ ਸੀਗੇ ਵੀ ਝੂਠ ਨਹੀਂ ਬੋਲਣਾ। ਅੱਜ ਕੱਲ੍ਹ ਦੇ ਜਿਹੜੇ ਚਰਚ ਹੈਗੇ ਨੇ ਝੂਠਿਆਂ ਦੇ ਭਰੇ ਹੋਏ ਨੇ, ਅਤੇ ਮੇਰੇ ਪਾਦਰੀ ਹੈਗੇ ਨੇ ਇਹ ਸਾਰਿਆਂ ਨਾਲ ਝੂਠਾਂ ਦੇ ਉਸਤਾਦ ਹੈਗੇ, ਜਿੱਦਾਂ ਗ੍ਰੰਥੀ ਹੈਗੇ ਗੁਰਦੁਆਰਿਆਂ 'ਚ। ਇਸ ਕਰਕੇ ਤੁਹਾਨੂੰ ਆਪ ਹੀ ਰਾਹ ਲੱਭਣਾ ਪੈਣਾ, ਗਿਆਨੀ ਉਹ ਜੋ ਆਪ ਵਿਚਾਰੇ। ਅਤੇ ਸੱਚ ਸਦਾ ਥਿਰ ਰਹਿਣ ਵਾਲੇ, ਉਹ ਸੋਰੀ ਹੈਗਾ, ਸੋ ਵਾਰ ਸੱਚ ਰਿਹਾ ਸਮਾਏ, ਉਹਦੇ ਸੱਚ ਜੇ ਤਿਸ ਕੀ ਕੀਮਤ ਕਹੀ ਨਾ ਜਾਏ। ਇਹਦੀ ਜਿਹੜੀ ਕੀਮਤ ਹੈਗੀ ਨਾ ਆਪਣੇ ਅਕਾਲ ਪੁਰਖ ਦੇ ਨਾਮ ਦੀ, ਉਹ ਕੋਈ ਪਾ ਨਹੀਂ ਸਕਦਾ। ਉਹ ਜਿਹੜਾ ਹੈਗਾ ਅਕਾਲ ਪੁਰਖ ਦਾ ਨਾਮ ਹੈਗਾ ਤਦੇ ਦਿਲ ਵਿੱਚ ਟਿਕੂ ਜੇ ਤੁਸੀਂ ਸਾਫ ਦਿਲ ਹੋਵੋਗੇ। ਆਖੇ ਆਖੇ ਰਹੇ ਸਭ ਲਿਬਲਾਏ, ਆਖੇ ਆਖੇ ਰਹੇ ਸਭ ਲਿਬਲਾਏ, ਜਦੋਂ ਤੁਸੀਂ ਪ੍ਰਚਾਰ ਕਰਦੇ ਹਾਂ ਅਕਾਲ ਪੁਰਖ ਦੇ ਨਾਮ ਦਾ ਆਖ ਆਖ ਕੇ, ਉਦੋਂ ਤੁਹਾਡੀ ਉਹਦੇ ਨਾਲ ਪ੍ਰੀਤ ਹੋ ਜਾਂ ਲਿਵ ਲੱਗ ਜਾਂਦੀ ਜੀ ਅਕਾਲ ਪੁਰਖ ਨਾਲ, ਉਹਦੇ ਨਾਲ ਤੁਹਾਡੀ ਜੋੜ ਹੋ ਜਾਂਦਾ, ਇੱਕ ਮਿੱਕ ਹੋ ਜਾਂਦੀ ਹੈ। ਜਿਸ ਦੇਵੇ ਤਿਸ ਪੱਲੇ ਪਾਏ, ਇਹ ਜਿਹੜਾ ਨਾਮ ਹੈਗਾ ਅਕਾਲ ਪੁਰਖ ਦਾ, ਉਹ ਤੁਸੀਂ ਕਿਤੇ ਦੁਕਾਨ 'ਚੋਂ ਖਰੀਦ ਨਹੀਂ ਸਕਦੇ ਜਾਂ ਕਿਤੇ ਉਹ ਨਹੀਂ ਲੈ ਸਕਦੇ। ਇਹ ਜੇ ਅਕਾਲ ਪੁਰਖ ਤੁਹਾਨੂੰ ਦੇਵੇ ਤਦ ਉਹਦੇ ਪੱਲੇ ਪੈਂਦਾ ਹੈਗਾ। ਚੀਜ਼ਾਂ ਛੋਟੀਆਂ ਛੋਟੀਆਂ ਹੈਗੀਆਂ ਨੇ, ਮੈਂ ਇੱਕ ਕਿਤਾਬ ਲਿਖੀ ਕੱਖ ਓਲੇ ਲੱਖ, ਉਹ ਤੁਸੀਂ ਗੂਗਲ ਤੋਂ ਕੱਢ ਸਕਦੇ ਹਾਂ ਪੰਜਾਬੀ 'ਚ ਹੈਗੀ, ਉੱਥੇ ਦੇਖੋਗੇ ਕਿ ਜਦੋਂ ਪੜ੍ਹੋਗੇ ਤੁਹਾਨੂੰ ਸਭ ਸਮਝ ਆ ਜਾਏਗਾ। ਸਾਰੀਆਂ ਚੀਜ਼ਾਂ ਸੌਖੀਆਂ ਹੈਗੀਆਂ ਨੇ, ਕੱਖ ਓਲੇ ਲੱਖ ਹੈਗੀਆਂ ਨੇ। ਅਤੇ ਜੇ ਤੁਹਾਡੀ ਨੀਅਤ ਸਾਫ਼ ਹੈਗੀ ਤਾਂ ਤੁਹਾਨੂੰ
ਸੱਚ ਨਾਲ ਪਿਆਰ ਹੈਗਾ, ਫਿਰ ਤੁਹਾਡੇ ਸਮਝ ਪਵੇਗੀ, ਨਹੀਂ ਤਾਂ ਸਮਝ ਨਹੀਂ ਪਵੇਗੀ। ਕਿ ਤੁਸੀਂ ਭਾਲਦੇ ਹਾਂ ਲੋਕਾਂ ਦੀਆਂ ਤਰੀਫਾਂ, ਅਤੇ ਅਸੀਂ ਕਰਦੇ ਹਾਂ ਗਲੋਰੀਫਾਈ ਗੋਡ, ਅਸੀਂ ਉਹਦੀ ਵਡਿਆਈ ਸੋਚਦੇ ਅਕਾਲ ਪੁਰਖ ਦੀ, ਜਿਹਨੇ ਸਾਨੂੰ ਨਾਮ ਦਿੱਤਾ। ਜਿਸ ਦੇਵੇ ਤਿਸ ਪੱਲੇ ਪਾਏ, ਅਗਮ ਅਗੋਚਰ ਲਿਖਿਆ ਨਾ ਜਾਏ। ਅਗਮ ਅਗੋਚਰ, ਅਗਮ ਹੈਗਾ ਜਿਹਦਾ ਕੋਈ ਵੀ ਡੂੰਘਾਈ ਦਾ ਪਤਾ ਨਹੀਂ ਲੱਗਦਾ ਵੀ ਬਹੁਤ ਹੈਗਾ। ਅਗੋਚਰ ਹੈਗਾ ਜਿਹੜਾ ਕਿ ਫਾਈਵ ਸੈਂਸਰੀ ਆਰਗਨਸ, ਯਾਨੀ ਕਿ ਚੀਜ਼ ਮਟੀਰੀਅਲ ਨਹੀਂ ਹੈਗੀ, ਜਿੱਦਾਂ ਤੁਸੀਂ ਹੈਗੇ ਨਾ ਆ ਪੇਪਰ ਹੈਗਾ, ਇਹ ਮਟੀਰੀਅਲ ਹੈਗਾ, ਇਹ ਤੁਸੀਂ ਸਟੱਡੀ ਕਰ ਸਕਦੇ ਹੋ ਪੰਜ ਸੈਂਸਿਸ ਦੇ ਨਾਲ। ਸਪਿਰਿਟ ਜਿਹੜੀ ਹੈਗੀ ਇਮਟੀਰੀਅਲ ਹੈਗੀ, ਇਹ ਸਪਿਰਚੁਅਲ ਗਿਆਨ ਜਿਹੜਾ ਹੈਗਾ ਜਾਂ ਸਪਿਰਚੁਅਲ ਨੌਲੇਜ ਹੈਗਾ, ਇਹ ਉਹਨੂੰ ਮਿਲਦਾ ਜਿਹੜਾ ਕਿ ਜਿਹਦੇ ਪੱਲੇ ਅਕਾਲ ਪੁਰਖ ਦੇਵੇ। ਕਿਉਂਕਿ ਇਹ ਸਪਿਰਚੁਅਲ ਹੈਗਾ ਨਾ, ਇਹ ਚੌਂ ਪੰਜ ਗਿਆਰਤ ਇੰਦਰੀਆਂ ਦੇ ਨਾਲ ਨਹੀਂ ਸਮਝਦੀ ਪੈਂਦੀ, ਇਹਦਾ ਨਹੀਂ ਲੱਭਦਾ ਕਿ ਮਟੀਰੀਅਲ ਨਹੀਂ ਹੈਗੀ, ਇਸ ਕਰਕੇ ਲਿਖਿਆ ਨਹੀਂ ਜਾਂਦਾ। ਆਹ ਜਿਹੜੀ ਬੀੜ ਹੈਗੀ ਤੁਸੀਂ ਪੜ੍ਹਦੇ ਆ ਨਾ ਗੁਰਦੁਆਰੇ 'ਚ, ਅੱਤਖਾਰੀ ਬੀੜ ਹੈਗੀ, ਇਹਦਾ ਤੁਸੀਂ ਜੇ ਪੂਰਾ ਸੋਚ ਵਿਚਾਰ ਇਹਦੇ 'ਤੇ ਕਰਨੀ ਹੈਗੀ, ਤਾਂ ਇੱਕ ਬੀੜ ਉਹਨੇ ਜਦੋਂ ਨਾ ਇਹ ਲਿਖਵਾਈ ਸੀਗੀ ਸਤਿਗੁਰੂ ਅਰਜਨ ਦੇਵ ਜੀ ਨੇ, ਬੀੜ ਹਰ ਇੱਕ ਸਫ਼ੇ 'ਤੇ ਉਹਨਾਂ ਨੇ ਸਾਈਨ ਕੀਤੇ ਸੀ ਆਪਣੇ, ਅਤੇ ਭਾਈ ਮਾਂਗਟ ਨੂੰ ਦਿੱਤੀ ਸੀ ਜਾਂ ਬਣਵਾ ਕੇ ਲਿਆ ਜਿਲਦ। ਉਹਨੇ ਜਾਂਦੇ ਜਾਂਦੇ ਨੇ ਨਾ ਹੋਰ ਸਿੱਖ ਸੀਗੇ ਨਾਲ, ਉਹਨਾਂ ਨੇ ਇਕੱਠਿਆਂ ਨੇ ਪੇਪਰ ਲੈ ਕੇ ਨਾ ਅਤੇ ਉਤਾਰਾ ਕਰ ਲਿਆ, ਅਤੇ ਆਉਂਦੇ ਰਹੀ ਦੋ ਬੀੜਾਂ ਪਰ ਬਣਾ ਕੇ ਲੈ ਆਏ। ਇੱਕ ਤਾਂ ਇਹ ਹੈਗੀ ਜਿਹੜੀ ਤੁਸੀਂ ਸਾਨੂੰ ਦਿੱਤੀ ਸੀ ਅਸਲੀ, ਅਤੇ ਆਹ ਅਸੀਂ ਆਪ ਨਕਲ ਕੀਤੀ ਹੈਗੀ ਇਹਦੀ, ਅਤੇ ਆਹ ਹੈਗੀ ਜਿਹੜੀ ਕਿ ਅਸੀਂ ਆਪਣੇ ਵੱਲੋਂ ਪੇਸ਼ ਕਰ ਰਹੇ ਹੈਗੇ ਤੁਹਾਨੂੰ। ਅਤੇ ਸੱਚੇ ਸਤਿਗੁਰੂ ਅਰਜਨ ਦੇਵ ਜੀ ਨੇ, ਕਿਉਂ ਲਿਖੀ ਨਹੀਂ ਜਾਂਦੀ ਨਾ, ਅਤੇ ਉਹਨਾਂ ਨੇ ਸਿੱਖਾਂ ਨੇ ਜਦ ਕਿਹਾ ਵੀ ਲਿਖ ਕੇ ਦੇ ਜਾਓ, ਉਹਨਾਂ ਤੇ ਆਪ ਸਾਈਨ ਕੀਤੇ ਸੀ ਪੇਜ 'ਤੇ, ਅਤੇ ਜਿਹੜੀ ਸੀਗੇ ਆਪ ਕੀਤੀ ਲਿਖਵਾਈ ਸੀ ਉਹਨੂੰ ਕਿਹਾ ਹੈਗੀ ਮਿੱਠੀ ਬੀੜ, ਅਤੇ ਦੂਜੀ ਨੂੰ ਕਿਹਾ ਸੀ ਖਾਰੀ ਬੀੜ, ਇਹਨੂੰ ਅੰਨੇ ਪੜਨਗੇ ਮਨ ਦੇ। ਅਤੇ ਆਹ ਜਿਹੜੀਆਂ ਅੱਜ ਖਾ ਰਹੀਆਂ ਹੈਗੀਆਂ ਬੀੜਾਂ, ਇਹ ਅੱਤ ਖਾਰੀਆਂ ਨੇ। ਇਸ ਕਰਤਾਰਪੁਰੀ ਬੀੜ ਦੇ ਦਰਸ਼ਨ ਜਿਹੜੇ ਜਿਹਦੇ 'ਚ ਅਸਲੀ ਬੀੜ ਸੀਗੀ, ਇਹ ਜਦੋਂ ਸ਼੍ਰੋਮਣੀ ਕਮੇਟੀ ਅਤੇ ਇਹਨਾਂ ਦਾ ਕਰਤਾਰਪੁਰੀਆਂ ਦਾ ਸੀਗਾ ਝਗੜਾ ਵੀ ਕਿਹਦੇ ਹੱਥੇ 'ਚ ਹੋਣੀ ਚਾਹੀਦੀ ਬੀੜ, ਅਤੇ ਉਦੋਂ ਫਿਰ ਡਿਪਟੀ ਕਮਿਸ਼ਨਰ ਜਲੰਧਰ ਦਾ ਸੀਗਾ ਜਿਹੜਾ, ਉਹਨੇ ਮੰਗਵਾ ਲਈ ਸੀਗੀ ਆਪਣੇ ਦਫ਼ਤਰ 'ਚ ਵੀ ਇੱਥੇ ਪਈ ਰਹੂਗੀ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ। ਉਦੋਂ ਪ੍ਰੋਫੈਸਰ ਜੋਤ ਸਿੰਘ ਅਤੇ ਇੱਕ ਹੁੰਦਾ ਸੀ ਜਰਮਨ ਦਾ ਪ੍ਰੋਫੈਸਰ ਕਰੁੱਪ ਸੀ, ਪਤਾ ਨਹੀਂ ਕੀ ਉਹਦਾ ਨਾਂ, ਉਹਨੇ ਵੀ ਉਹ ਪੰਜਾਬੀ ਜਾਣਦਾ ਸੀ, ਉਹਨੇ ਵੀ ਵਿਆਖਿਆ ਲਿਖੀ ਆਪਣੀ ਆਦਿ ਗ੍ਰੰਥ 'ਤੇ। ਉਹ ਜੇ ਕਾਬੂ ਆ ਜਾਏ ਉਹਦੇ 'ਚ ਤੁਹਾਨੂੰ ਕੋਈ ਮਿਲ ਜਾਏਗਾ। ਅਤੇ ਉਹਨੇ ਇਹਨਾਂ ਦੋਨਾਂ ਨੇ ਨਾ ਹਰ ਇੱਕ ਵਰਕੇ ਵਰਕੇ 'ਤੇ ਛਾਣਬੀਨ ਕੀਤੀ, ਉਹਨਾਂ ਨੇ ਕਈ ਜਗ੍ਹਾ ਰਸੌਂਤ ਨਾਲ ਕੀਤੀਆਂ ਹੋਈਆਂ ਸੀ, ਕਈ ਜਗ੍ਹਾ ਸਫ਼ੇ ਸਾਫ਼ ਕੀਤੇ, ਕਈ ਜਗ੍ਹਾ ਸਤਰਾਂ ਸਾਫ਼ ਕੀਤੀਆਂ ਹੋਈਆਂ। ਉਹ ਟੋਟਲ ਕਹਿੰਦੇ ਜੇ ਲਾਇਆ ਜਾਏ ਤਾਂ 200 ਸਫ਼ੇ ਤੋਂ ਉੱਪਰ ਇਹ ਸਾਫ਼ ਹੈਗੇ ਨੇ। ਅਤੇ ਜਿਹੜੀ ਤੁਸੀਂ ਪੜ੍ਹਦੇ ਆ ਨਾ ਗੁਰਦੁਆਰਿਆਂ 'ਚ ਬੀੜਾਂ, ਇਹ ਅੱਤ ਖਾਰੀਆਂ ਬੀੜਾਂ ਹੈਗੀਆਂ ਨੇ, ਪਰ ਇਹਨਾਂ ਧਿਆਨ ਨਾਲ ਪੜ੍ਹੋ ਅਤੇ ਇਹਦੇ 'ਚ ਤੁਸੀਂ
ਪਾ ਸਕਦੇ ਹੈਗੇ ਨਾਮ, ਪਰ ਇੰਨਾ ਸੌਖਾ ਨਹੀਂ। ਜੇ ਤੁਹਾਨੂੰ ਇਹ ਪੱਲੇ ਪੈ ਜਾਵੇ ਨਾਮ ਅਕਾਲ ਪੁਰਖ ਦਾ, ਫਿਰ ਤੁਸੀਂ ਅਕਾਲ ਇਹ ਵੀਰਾਂ ਨੂੰ ਤੁਸੀਂ ਪਿੱਛੇ ਛੱਡ ਜਾਂਦੇ ਹੈ, ਤੁਸੀਂ ਮੋਹਰੇ ਲੰਘ ਜਾਂਦੇ ਹੈ। ਇਹ ਜਿਹੜੀ ਹੈਗੀ ਨਾਮ ਹੈਗਾ ਇਹ ਲਿਖਿਆ ਨਹੀਂ ਜਾਂਦਾ। ਹੁਣ ਮੇਰੇ ਪਿਤਾ ਜੀ ਨੇ ਇਸ ਦੇ ਕਾਫੀ ਕੀਤੇ ਸੀਗੇ ਸਟੱਡੀ ਥੋੜ੍ਹੀ ਬਹੁਤ, ਉਹਨਾਂ ਨੇ ਕੱਢੇ ਸੀਗੇ। ਇੱਕ ਤਾਂ ਹੈਗਾ ਜਿਹੜਾ ਭਾਗ ਮਹਾਂਸ਼ਲ ਪੂਜਾ ਦਾਨ, ਜੋ ਜੋ ਪ੍ਰਾਣੀ ਖਾਏ ਆਦਿ ਤੀਰਥ ਆਦਿ ਰਸਾਤਲ ਜਾਏ। ਇਹ ਅਸਲੀ ਹੈਗਾ ਭਾਗ, ਇਹਨਾਂ ਨੇ ਉੱਪਰ ਬਿੰਦੀ ਲਾ ਕੇ ਭਾਂਗ ਬਣਾ ਦਿੱਤੀ, ਭੰਗ ਕੱਢਿਆ। ਭਾਗ ਹੁੰਦਾ ਬੇਈਮਾਨੀ ਨਾਲ ਬਣਾਉਣਾ, ਯਾਨੀ ਕਿ ਜਿੱਦਾਂ ਗ੍ਰੰਥੀ ਹੈਗੇ ਨੇ ਲੁੱਟਦੇ ਨੇ ਲੋਕਾਂ ਨੂੰ, ਇਹ ਹੈਗੇ ਨੇ ਭਾਗ ਮਹਾਂਸ਼ਾਲ। ਪੂਜਾ ਧਾਨ, ਪੂਜਾ ਧਾਨ ਜਿਹੜਾ ਖਾਣਾ ਇਹ ਵੀ ਨਹੀਂ, ਉਹਨਾਂ ਨੇ ਕਿਹਾ ਨਹੀਂ ਖਾਣਾ ਚਾਹੀਦਾ। ਤੀਰਥ ਆਦਿ ਰਸਾਤਲ ਜਾਂਦੇ ਨੇ। ਸਤਿਗੁਰੂ ਅੰਗਦ ਦੇਵ ਜੀ ਰੋਟੀ ਬਣਵਾਉਂਦੇ ਹੁੰਦੇ ਸੀ, ਲੰਗਰ ਬਹੁਤ ਖੀਰ ਬਣਾਉਣੀ, ਲੰਗਰ ਬਣਾਉਣਾ ਬਹੁਤ ਸਵਾਦ ਦਾ ਬਣਾਉਣਾ, ਪਰ ਆਪ ਨਹੀਂ ਸੀ ਖਾਂਦੇ, ਨਾ ਹੀ ਆਪਣੇ ਮੁੰਡਿਆਂ ਨੂੰ ਖਾਣ ਦਿੰਦੇ ਸੀ। ਆਪਣੇ ਘਰ ਜਾ ਕੇ ਖੁਦ ਲੰਗਰ ਸਾਦਾ ਜਿਹਾ ਬਣਾ ਕੇ ਉਹ ਖਾਂਦੇ ਸੀ, ਅਤੇ ਕੰਮ ਕੀ ਕਰਦੇ ਸੀ, ਸਰਵਾੜ ਵੱਢ ਕੇ ਅਤੇ ਉਹਦੀਆਂ ਰੱਸੀਆਂ, ਮੰਜੇ ਬਣਾਉਣ ਵਾਲੀਆਂ ਰੱਸੀਆਂ ਉਹ ਬਣਾਉਂਦੇ ਸੀਗੇ, ਉਹਦੇ 'ਤੇ ਉਹ ਗੁਜ਼ਾਰਾ ਕਰਦੇ ਸੀ। ਯਾਨੀ ਕਿ ਉਹ ਜਿਹੜਾ ਚੜਾਵਾ ਚੜਦਾ ਸੀ ਉਹਦੇ 'ਚ ਨਹੀਂ ਉਹ ਕੱਢਦੇ ਸੀ ਕੁਛ ਵੀ, ਜਾਂ ਉਹਨਾਂ ਹੱਥ ਲਾਉਂਦੇ ਸੀਗੇ। ਅਤੇ ਇਹ ਹੈਗਾ ਸੀਗਾ ਵੀ ਅੱਜ ਕੱਲ੍ਹ ਤਾਂ ਜੇ ਗੁਰਦੁਆਰੇ ਜਾਂਦੇ ਨੇ ਲੰਗਰ ਖਾਣ ਜਾਂਦੇ ਹੈ ਜੀ, ਅਤੇ ਸਿੱਖਦੇ ਕੁਛ ਨਹੀਂ ਹੈਗੇ ਨੇ। ਫਿਰ ਉਹ ਨਕਲੀ ਸਿੱਖ ਜਦੋਂ ਬਣਦੇ ਨੇ ਬਾਹਰ ਆਉਂਦੇ ਨੇ, ਫਿਰ ਜੁੱਤੀਆਂ ਖਾਂਦੇ ਨੇ, ਜਿਹਨਾਂ 1984 'ਚ ਪਈਆਂ, 1947 'ਚ ਪਈਆਂ। ਅਤੇ ਇਸ ਕਰਕੇ ਅਸਲੀ ਸਿੱਖ ਕੋਈ ਕੋਈ ਕੋਟਨ ਮੇਖ ਹੁੰਦਾ, ਕੋਈ ਸਿੱਖੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਅਤੇ ਇਸ ਕੇ ਅਗਮ ਅਗੋਚਰ ਲਿਖਿਆ ਨਾ ਜਾਏ ਗੁਰ ਕੇ ਸ਼ਬਦ। ਗੁਰ ਹੈਗਾ ਲੋਜੀਕਲ ਰੀਜਨਿੰਗ, ਗੁਰ ਹੁੰਦਾ ਜੁਗਤ ਢੰਗ, ਕਿਸੇ ਨੂੰ ਸਵਾਲ ਦਾ ਕੱਢੀਏ ਨਾ ਤਾਂ ਉਹਦਾ ਢੰਗ ਕੀ ਹੈਗਾ। ਇੱਥੇ ਜੇ ਤੁਸੀਂ ਸਤਿਗੁਰੂ ਪਾ ਦਿਓ ਨਾ ਹਰਫ, ਉਹ ਵੀ ਚੱਲੇਗਾ। ਸਤਿਗੁਰੂ ਕੇ ਸ਼ਬਦ ਹਰ ਰਿਹਾ ਸਮਾਏ। ਜਿਹੜਾ ਸਤਿਗੁਰੂ ਹੈਗਾ ਆਹ ਹਰਿਮੰਦਰ ਹੈ ਨਾ, ਹਰਿਮੰਦਰ ਦੇ ਅੰਦਰ ਜਿਹੜਾ ਬੈਠਾ ਹੈਗਾ ਉਹ ਹੈਗਾ ਸਤਿਗੁਰੂ, ਜਿਹੜਾ ਮੰਦਰ 'ਚ ਬੈਠਾ ਉਹ ਹੈਗਾ ਗੁਰੂ, ਬਾਹਮਣ ਗੁਰੂ, ਅਤੇ ਇਹ ਸਤਿਗੁਰੂ ਦਾ ਵੇਲਾ ਹੈਗਾ। ਅਤੇ ਜੇ ਸਤਿਗੁਰੂ ਤੁਹਾਡੇ ਅੰਦਰ ਹੈਗਾ ਵਾਸਾ ਉਹਦਾ, ਤਾਂ ਉਹ ਫਿਰ ਸ਼ਬਦ ਜਿਹੜਾ ਤੁਹਾਡੇ ਅੰਦਰ ਰਹਿੰਦਾ ਹੈਗਾ, ਤੁਹਾਡੇ ਦਿਲ 'ਚ ਰਹਿੰਦਾ ਹੈਗਾ, ਇਹ ਕੋਈ ਕਿਤਾਬ ਵਿੱਚ ਨਹੀਂ ਹੁੰਦਾ। ਤੁਸੀਂ ਆਪਣੇ ਜਿੱਥੇ ਵੀ ਜਾਓਗੇ ਉੱਥੇ ਤੁਸੀਂ ਆਪਣੇ ਦਿਲ ਤੋਂ ਪ੍ਰਚਾਰ ਕਰਨਾ ਸ਼ੁਰੂ ਕਰ ਦਿਓਗੇ ਆਪੇ, ਤੁਹਾਨੂੰ ਬਾਣੀ ਯਾਦ ਕਰਨ ਦੀ ਵੀ ਨਹੀਂ ਲੋੜ ਹੈਗੀ। ਕੋਈ ਇੱਥੇ ਨਹੀਂ ਆ ਵੀ ਉਹ ਕਿੱਦਾਂ ਹੈਗਾ, ਜੇ ਜਿਹੜੇ ਹੈਗੇ ਨਾ ਉਹਦੇ ਪ੍ਰਚਾਰਕ ਇਹ ਇਹੋ ਹੀ ਦੇਖਦੇ ਵੀ ਫਲਾਨੀ ਜਗ੍ਹਾ ਉਹ ਸਿਹਾਰੀ ਲੱਗੀ ਹੋਈ, ਉੱਥੇ ਆਹ ਲੱਗਾ, ਟਿੱਪੀ ਲੱਗੀ ਨਹੀਂ ਟਿੱਪੀ ਲੱਗੀ ਹੋਈ, ਇੱਦਾਂ ਦੀਆਂ ਨੁਕਸ ਕੱਢੀ ਜਾਂਦੇ ਨੇ। ਪਰ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਕੀ ਪੜ੍ਹਦੇ ਕੀ ਹੈਗੇ ਨੇ, ਅੱਖਰ ਹੀ ਪੜ੍ਹਦੇ ਨੇ। ਇਹਨਾਂ ਨੂੰ ਕਹਿੰਦੇ ਮੈਨ ਆਫ ਲੈਟਰਸ, ਸੁਰਤੀ ਹੈ ਨਹੀਂ ਗੀ ਇਹਨਾਂ ਕੋਲ, ਸੁਰਤੀ ਦੇ ਨਾਲ ਤੁਸੀਂ ਇਹ ਚੀਜ਼ ਪੜ੍ਹ ਹੁੰਦੀ ਹੈਗੀ। ਸਤਿਗੁਰੂ ਕੇ ਸ਼ਬਦ ਹਰ ਰਿਹਾ ਸਮਾਏ, ਉਹ ਤੁਹਾਡੇ ਅੰਦਰ ਰਹਿੰਦਾ ਅਕਾਲ ਪੁਰਖ। ਅਤੇ
ਦੂਜਾ ਹੈਗਾ ਅੰਤਰ ਸਤਿਗੁਰੂ ਅਰਾਧੀਏ ਜੀਵਾ ਜੱਪੇ ਨਾਮ। ਅੰਤਰ ਜਿਹੜਾ ਸਤਿਗੁਰੂ ਜਿਹੜਾ ਤੁਹਾਡੇ ਅੰਦਰ ਬੈਠਾ ਹੈਗਾ ਉਹਨੂੰ ਅਰਾਧੋ ਅਤੇ ਜੀਵ ਨਾ ਜੱਪੋ ਨਾਮ, ਫਿਰ ਅਕਾਲ ਪੁਰਖ ਦੀ ਸਿਫਤਾਂ ਹੁੰਦੀਆਂ ਨੇ। ਅੱਗੇ ਤੁਹਾਡੀ ਮਰਜ਼ੀ। ਇਹ ਹੈਗਾ ਨਿੱਜਰ ਜੱਟ ਦਾ ਵਿਆਖਿਆ।